ਜਿਵੇਂ ਆਪ ਜੀ ਜਾਣਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਹੀ NIA ਦੇ ਵੱਲੋਂ ਨੋਟਿਸ ਜਾਰੀ ਕੀਤੇ ਗਏ ਸੀ, ਜਿਹਦਾ ਨੋਟਿਸ ਦਾਸ ਨੂੰ ਵੀ ਆਇਆ ਸੀ। ਪਹਿਲਾਂ ਵੀ ਲੋਕਲ ਏਜੰਸੀਆਂ ਜਿਹੜੀਆਂ ਨੇ ਇਹਨਾਂ ਦੇ ਵੱਲੋਂ ਇਨਕੁਆਇਰੀਆਂ ਹੁੰਦੀਆਂ ਰਹਿੰਦੀਆਂ ਨੇ ਸੇਵਾਵਾਂ ਕਰਨ ਤੋਂ ਬਾਅਦ। NIA ਵੱਲੋਂ ਇੱਕ ਵਾਰ ਪਹਿਲਾਂ ਵੀ ਲੁਧਿਆਣੇ ਸੱਦਿਆ ਗਿਆ ਸੀਗਾ, ਉਦੋਂ ਵੀ ਉਹਨਾਂ ਨੂੰ ਕੋਈ ਡਾਊਟ ਸੀਗਾ ਅਤੇ ਉਹਨਾਂ ਦਾ ਕਲੀਅਰ ਕੀਤਾ ਸੀਗਾ। ਹੁਣ ਜਿਹੜਾ ਨੋਟਿਸ ਆਇਆ ਵਾ NIA ਦਾ, ਇਹ ਪਹਿਲੀ ਵਾਰੀ ਹੋਇਆ ਕਿ ਦਿੱਲੀ ਬੁਲਾਇਆ ਗਿਆ ਉਹਨਾਂ ਦੇ ਵੱਲੋਂ ਹੈੱਡਕੁਆਟਰ। ਜ਼ਿਆਦਾਤਰ ਸਾਡੀ ਪੰਜਾਬ ਦੇ ਵਿੱਚ ਹੀ ਇਨਕੁਆਇਰੀਆਂ ਹੁੰਦੀਆਂ ਨੇ, ਬੇਸ਼ੱਕ ਕੋਈ ਇੰਟੈਲੀਜੈਂਸੀ ਦੀ ਹੁੰਦੀ ਆ, CID ਦੀ ਹੁੰਦੀ ਆ, ਕ੍ਰਾਈਮ ਦੀ ਹੁੰਦੀ ਆ, ਜਾਂ NIA ਦੀ ਹੁੰਦੀ ਆ। ਪਰ ਇਸ ਵਾਰ ਕਿਉਂਕਿ ਦਿੱਲੀ ਕਿਸਾਨ ਮੋਰਚਾ ਲੱਗਿਆ ਹੋਇਆ ਵਾ ਅਤੇ ਇਹ ਮਸਲਾ ਬਹੁਤ ਹਾਈਲਾਈਟ ਹੋਇਆ, ਕਿਉਂਕਿ ਜ਼ਿਆਦਾਤਰ ਕਿਸਾਨ ਮੋਰਚੇ ਦੇ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਸੀ ਇਹਨੂੰ। ਸੋ ਅਸੀਂ ਗਏ ਜੀ, ਤਕਰੀਬਨ ਸਵੇਰੇ 10:30 ਮੇਰੀ ਉੱਥੇ ਐਂਟਰੀ ਹੁੰਦੀ ਆ। ਐਂਟਰੀ ਜਿਹੜੀ ਆ ਉੱਥੇ NIA ਹੈੱਡ ਆਫਿਸ ਆ, ਅਤੇ ਸੋ ਸਕਿਉਰਿਟੀ ਰੀਜ਼ਨ ਉਹਨਾਂ ਦਾ ਬਹੁਤ ਹੁੰਦਾ, ਹਰ ਚੀਜ਼ ਤੁਹਾਡੀ ਉਹ ਚੈੱਕ ਕਰਦੇ ਨੇ। ਮੇਰੀ ਕਿਰਪਾਨ ਜਿਹੜੀ ਸੀਗੀ ਉਹ ਵੀ ਉਹਨਾਂ ਨੇ ਧਾਰ ਚੈੱਕ ਕੀਤੀ। ਪਹਿਲਾਂ ਕਿਰਪਾਨ ਛੋਟੀ, ਮੈਂ ਕਿਹਾ ਜੀ ਮੈਂ ਛੋਟੀ ਪਾਉਂਦਾ ਨਹੀਂ, ਮੇਰੀ ਜਿਹੜੀ ਇਹੀ ਸ਼੍ਰੀ ਸਾਹਿਬ ਜਿਹੜੀ ਹਮੇਸ਼ਾ ਮੈਂ ਪਾਉਂਦਾ ਇਹੀ ਹੁੰਦੀ ਆ। ਸੋ ਇਹਦੀ ਧਾਰ ਚੈੱਕ ਕੀਤੀ ਗਈ ਉਹਨਾਂ ਦੇ ਵੱਲੋਂ। ਮੇਰੀ ਜਿਹੜੀ ਮੈਡੀਸਨ ਸੀਗੀ ਉਹ ਵੀ ਉਹਨਾਂ ਨੇ ਕਿਉਂ ਤੁਸੀਂ ਖਾਂਦੇ ਹੋ, ਕੀ ਚੱਕਰ ਆ, ਉਹ ਵੀ ਲਿਖਿਆ ਸਾਰਾ। ਸੋ ਇੱਕ ਗੇਟ ਪਾਸ ਬਣਾ ਕੇ ਉੱਥੇ ਅੰਦਰ ਐਂਟਰੀ ਹੁੰਦੀ ਆ। ਤਕਰੀਬਨ 15 ਮਿੰਟ ਦੀ ਵੇਟਿੰਗ ਰੂਮ 'ਚ ਬੈਠਣ ਤੋਂ ਬਾਅਦ ਇੱਕ ਰੂਮ ਦੇ ਵਿੱਚ ਲਿਜਾ ਕਰਕੇ ਅਤੇ ਉੱਥੇ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਆ। ਇਨਵੈਸਟ ਕਹਿੰਦੇ ਵੀ ਸਾਨੂੰ ਡਾਊਟ ਆ ਵੀ ਜਦੋਂ ਤੁਹਾਡਾ ਲਿੰਕ ਹੁੰਦਾ ਵਾ 2020 ਵਾਲਿਆਂ ਨਾਲ, ਸੋ ਬੜੀ ਹਾਸੋਹੀਣੀ ਜੀ ਗੱਲ ਸੀ। ਮੈਂ ਕਿਹਾ ਵੀ ਸਾਰੀਆਂ ਏਜੰਸੀਆਂ ਜਾਣਦੀਆਂ ਨੇ, ਸਾਰੀ ਦੁਨੀਆ ਜਾਣਦੀ ਆ ਕਿ ਅਸੀਂ ਗੁਰਮਤ ਪ੍ਰਚਾਰ ਕਰਦੇ ਹਾਂ, ਅਤੇ ਈਵਨ ਸਮਝਦਾਰ ਨੂੰ ਸਮਝਣਾ ਚਾਹੀਦਾ, ਸਿਆਣਾ ਬੰਦਾ ਜਿਹੜਾ ਹੁੰਦਾ ਉਹਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਵੀ ਜਿਹੜੀ ਇੱਕ ਜਥੇਬੰਦੀ ਤੁਸੀਂ ਬੈਨ ਕਰੀ ਹੋਈ ਆ ਹਿੰਦੁਸਤਾਨ ਦੇ ਵਿੱਚ, ਤਾਂ ਕਮਲਾ ਹੀ ਹੋਊਗਾ ਜਿਹੜਾ ਉਹਦੇ ਨਾਲ ਸੰਬੰਧ ਰੱਖੂਗਾ, ਕਾਨੂੰਨ ਤੋਂ ਬਾਹਰ ਜਾਊਗਾ ਜਿਹੜਾ। ਸੋ ਮੈਂ ਕਿਹਾ ਬਿਲਕੁਲ ਸਾਡੀ ਇੱਦਾਂ ਦੀ ਕੋਈ ਮਨਸ਼ਾ ਨਹੀਂ ਹੈਗੀ, ਜਿਹੜਾ ਉਹ ਆਪਣਾ ਕੰਮ ਕਰ ਰਹੇ ਨੇ ਉਹ ਉਹਨਾਂ ਨੂੰ ਮੁਬਾਰਕ ਆ, ਪਰ ਜਿਹੜੀ ਸਿੱਧੀ ਅਤੇ ਸਪੱਸ਼ਟ ਜੀ ਗੱਲ ਆ ਕਿ ਅਸੀਂ ਉਹਨਾਂ ਦੇ ਵਿਚਾਰ ਨਾਲ ਸਹਿਮਤ ਨਹੀਂ, ਅਸੀਂ ਜੇ ਉਹਨਾਂ ਦੀ ਸਹਿਮਤ ਨਹੀਂ ਵਿਰੋਧ ਵੀ ਨਹੀਂ ਕਰਦੇ, ਉਹ ਉਹਨਾਂ ਦਾ ਕੰਮ ਆ, ਉਹਦੇ ਵਾਸਤੇ ਤੁਸੀਂ ਬੈਠੇ ਹੋ। ਜੇ ਕੁਝ ਕਾਨੂੰਨ ਤੋਂ ਬਾਹਰ ਉਹ ਕਰਦੇ ਨੇ, ਤੁਸੀਂ ਸਜ਼ਾਵਾਂ ਦੇਣ ਵਾਸਤੇ ਬੈਠੇ ਹੋ, ਤੁਸੀਂ ਕਾਨੂੰਨ ਬਣਾਏ ਨੇ ਅਨਲਾਫੁਲ ਐਕਟ ਹੈ ਜਾਂ ਹੋਰ ਤੁਹਾਡੀਆਂ ਘਧਾਰਾਵਾਂ ਨੇ, ਉਹ ਤੁਸੀਂ ਲਾਉਂਦੇ ਉਹਨਾਂ ਦੇ ਉੱਤੇ। ਸੋ ਸਾਡਾ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਰੋਲ ਨਹੀਂ ਹੈਗਾ। ਹਾਂ, ਜੇਕਰ ਤੁਹਾਨੂੰ ਕੁਝ ਡਾਊਟ ਆ, ਤੁਸੀਂ ਆਪਣਾ ਉਹ ਕਲੀਅਰ ਕਰੋ ਜਦੋਂ ਵੀ ਤੁਹਾਨੂੰ ਲੱਗਦਾ ਵਾ, ਜਿੱਥੇ ਵੀ ਲੱਗਦਾ ਅਸੀਂ ਹਾਜ਼ਰ ਹਾਂ। ਸੋ ਇਸ ਤਰ੍ਹਾਂ ਦੇ ਸਵਾਲ ਸਨ, ਜਿਵੇਂ ਤੁਹਾਡੇ ਵਿਦੇਸ਼ਾਂ ਦੇ ਵਿੱਚ ਸੰਬੰਧ ਕਿਹਦੇ ਨਾਲ ਨੇ, ਤੁਹਾਨੂੰ ਵਿਦੇਸ਼ਾਂ ਤੋਂ, ਮੈਂ ਕਿਹਾ ਜੀ ਇਸ ਤਰ੍ਹਾਂ ਵਾ 5 ਸਾਲ ਤੋਂ ਉੱਪਰ ਹੋ ਗਏ ਮੈਨੂੰ ਸੇਵਾ ਕਰਦੇ ਨੂੰ, ਮੇਰਾ ਨੰਬਰ ਵਾਇਰਲ ਆ, ਕਿਉਂਕਿ ਜਦੋਂ ਸੇਵਾਵਾਂ ਕਰਦੇ ਹਾਂ, ਜਿਵੇਂ ਤੁਸੀਂ ਕੱਲ੍ਹ ਬਟਾਲੇ ਵਾਲੀ ਸੇਵਾ ਦੇਖੀ ਸਾਡੀ, ਇੱਕ ਭੈਣ ਦਾ ਜਿਹੜਾ ਘਰ ਵਾ ਤਾਂ ਅਸੀਂ ਕਿਸੇ ਨੇ ਰਸਤਾ, ਅਤੇ ਉਹ ਅਸੀਂ ਰਸਤਾ ਬੰਦ ਕੀਤਾ ਸ਼ੁਰੂ ਕਰਾਇਆ। ਜਦੋਂ ਅਸੀਂ ਇਹ ਤਰ੍ਹਾਂ ਦੇ ਕਾਰਜ ਕਰਦੇ ਹਾਂ ਤਾਂ ਸੰਗਤ ਦੇ ਫੋਨ ਐਪਰੀਸ਼ੀਏਸ਼ਨ ਦੇ ਬਹੁਤ ਆਉਂਦੇ ਨੇ, ਬਹੁਤ ਸੰਗਤ ਜਿਹੜੀ ਹੁਣ ਤਕਰੀਬਨ ਬਾਹਰੋਂ ਵੀ ਮੈਨੂੰ ਕੱਲ੍ਹ ਦੇ ਬੜੇ ਫੋਨ ਆ ਗਏ, ਲੋਕਲ ਫੋਨ ਆ ਗਏ, ਮੈਂ ਕੱਲ੍ਹ ਦੇ 100 ਤੋਂ ਉੱਪਰ ਫੋਨ ਸੁਣ ਚੁੱਕਾ ਜਿਹਦੇ ਵਿੱਚ ਸੰਗਤ ਤੁਹਾਨੂੰ ਐਪਰੀਸ਼ੀਏਸ਼ਨ ਦਿੰਦੀ ਆ ਕਿ ਤੁਸੀਂ ਬਹੁਤ ਸੋਹਣੇ ਕਾਰਜ ਕਰ ਰਹੇ ਹੋ ਬਾਬਾ ਜੀ। ਤਾਂ ਮੈਂ ਕਿਹਾ ਇ੦ਾਂ ਦੇ ਫੋਨ ਆਉਂਦੇ ਨੇ, ਉਹਦੇ ਵਿੱਚ ਮੈਨੂੰ ਕੋਈ ਇਦਾਂ ਦਾ ਫੋਨ ਨਹੀਂ ਆਉਂਦਾ ਜਿਹਦੇ ਨਾਲ ਕੋਈ ਦੇਸ਼ ਵਿਰੁੱਧ ਗੱਲ ਕਰਦੇ ਹੋਈਏ, ਅਸੀਂ ਕਾਨੂੰਨ ਦੇ ਵਿਰੁੱਧ ਕਰਦੇ ਹੋਈਏ, ਜੇ ਨਾ ਹੀ ਕਦੇ ਇਦਾਂ ਦਾ ਆਇਆ ਹੀ ਆ, ਨਾ ਹੀ ਸਾਡੀ ਕੋਈ ਇਦਾਂ ਦੀ ਮਨਸ਼ਾ ਹੁੰਦੀ ਆ। ਇਨਵੈਸਟੀਗੇਸ਼ਨ ਜਿਹੜੀ ਵੀਰ ਜੀ ਤਕਰੀਬਨ 9 ਘੰਟੇ ਹੋਈ ਮੇਰੀ ਲਗਾਤਾਰ, ਜਿਹਦੇ ਵਿੱਚੋਂ ਟੀ ਬ੍ਰੇਕ ਸੀ ਉਹਨਾਂ ਦੀ, ਚਲੋ ਕਿਉਂਕਿ ਉਹਨਾਂ ਦਾ ਰਵੱਈਆ ਵਧੀਆ ਸੀਗਾ, ਮੈਂ ਨਹੀਂ ਕਹਿੰਦਾ ਕਿ ਰਵੱਈਆ ਮਾੜਾ ਨਹੀਂ ਸੀਗਾ, ਉਹਨਾਂ ਦਾ ਬੋਲਬਾਣੀ ਚੰਗੀ ਸੀਗੀ, ਇੱਕ ਅਟੈਕਚੁਅਲ ਪੜ੍ਹੇ ਲਿਖੇ ਬੰਦੇ ਦੇ ਦੁਆਰਾ ਜਿਵੇਂ ਗੱਲਬਾਤ ਕੀਤੀ ਜਾਂਦੀ ਆ, ਸੋ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਸੀਗੇ, ਚਾਹ ਪਾਣੀ ਦੀ ਬ੍ਰੇਕ ਸੀ ਨੋਰਮਲ ਵਿੱਚ, ਪਰ ਲਗਾਤਾਰ 8 ਘੰਟੇ ਤਾਂ ਮੈਂ ਕਹਿ ਸਕਦਾ ਕਿ ਲਗਾਤਾਰ 8 ਘੰਟੇ ਜਿਹੜੀ ਕੁਐਸ਼ਨਿੰਗ ਸੀ ਉਹ ਹੁੰਦੀ ਰਹੀ ਸੀ। ਜੇਕਰ ਮੈਂ ਜਦੋਂ ਸ਼੍ਰੀ ਸਾਹਿਬ ਹੱਥ ਲਾਉਣ ਲੱਗਾ ਸੀ, ਮੈਂ ਕਿਹਾ ਪਹਿਲਾਂ ਹੱਥ ਧੋ ਕੇ ਆਓ, ਕਿਉਂਕਿ ਤੁਸੀਂ ਹੋ ਸਕਦਾ ਤੰਬਾਕੂ ਖਾਂਦੇ ਹੋਵੋ, ਕਿਉਂਕਿ ਜ਼ਿਆਦਾਤਰ ਤੁਸੀਂ ਦੇਖਦੇ ਹੋ ਉਧਰ ਜ਼ਿਆਦਾ ਯੂਜ਼ ਕਰਦੇ ਨੇ, ਤੁਸੀਂ ਨਾ ਵੀ ਖਾਂਦੇ ਹੋ ਤੁਹਾਡੇ ਹੱਥ ਜੂਠੇ ਹੋ ਸਕਦੇ ਨੇ, ਪਰ ਮੈਂ ਬੇਨਤੀ ਆ ਕਿ ਸ਼੍ਰੀ ਸਾਹਿਬ ਰਿਸਪੈਕਟਫੁਲੀ ਉਹਨਾਂ ਨੇ ਇਸ ਚੀਜ਼ ਨੂੰ ਸਮਝਿਆ ਅਤੇ ਹੱਥ ਧੋ ਕੇ ਹੀ ਸ਼੍ਰੀ ਸਾਹਿਬ ਜਿਹੜੀ ਮੇਰੀ ਧਾਰ ਚੈੱਕ ਕੀਤੀ ਸੀਗੀ।